ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ? ਆਸ ਕਰਦੇ ਹਾਂ ਸਾਰੇ ਮੇਰੇ ਵੀ ਠੀਕ ਠਾਕ ਹੋਗੇ ਪ੍ਰਭਾਤਮਾ ਚੜ੍ਹਦੀ ਕਲਾ ਜ ਰੱਖੇ ਰਾਜੀ ਖੁਸ਼ੀ ਹੱਸਦੇ ਵਸਦੇ ਰਹੋ। ਅੱਜ ਹੋ ਗਈ ਆ 27 April 2024। ਦੈਨ ਹੋ ਗਿਆ ਸ਼ਨੀਵਾਰ। 27 April ਲਈ ਬੂਏ ਮਿਲਾ 24 ਜਰਨਾਤਾ ਹੈ ਗੱਜਾ ਸਾਬਾਤੋਂ। ਤੇ ਸਾਰੇ ਮੇਰੇ ਬੱਚਿਆਂ ਨੂੰ ਹੈਪੀ ਵੀਕਐਂਡ ਬੋਨਾ ਫਿਨੇਸ ਹੈ ਤੀਮਾਨਾ ਜਿਹਨੂੰ ਕਹਿੰਦੇ ਹੈਪੀ ਵੀਕਐਂਡ ਨੂੰ ਇਟਾਲੀਅਨ ਦੇ ਵਿੱਚ। ਤੇ ਅੱਜ ਦੋਸਤੋ ਹਾਜ਼ਰਾਂ ਲੈ ਕੇ ਲੈ ਕੇ ਕੀ ਅਪਡੇਟ ਅਪਡੇਟ ਮੈਂ ਇਹੀ ਦੱਸਦਾ ਅੱਜ ਨਵੇਂ ਨੂਲੇ ਉਸਤਿਆਂ ਦੀ ਕੋਈ ਅਪਡੇਟ ਨਹੀਂ ਆਏਗੀ ਕਿਉਂਕਿ ਕੱਲ ਛੁੱਟੀ ਸੀਗੀ ਤੁਹਾਨੂੰ ਪਤਾ ਹੀ ਹੈ ਸਰਕਾਰੀ ਛੁੱਟੀ ਸੀ ਤੇ ਅੱਜ ਅੱਜ ਫੇਰ ਛੁੱਟੀ ਹੈ ਅੱਧਾ ਦੇਣਾ ਤੇ ਕੱਲ ਨੂੰ ਫੇਰ ਛੁੱਟੀ ਹੈ ਨਵੇਂ ਨੂਲੇ ਉਸਤਿਆਂ ਦੀ ਕੋਈ ਅਪਡੇਟ ਨਹੀਂ ਤੇ ਜਿਹੜੀ ਅਪਡੇਟ ਹੈਗੀ ਹੈ ਉਹ ਆਪਣੇ ਕਮੈਂਟਾਂ ਦੇ ਵਿੱਚ ਹੀ ਹੁੰਦੀ ਹੈ ਅੱਜ ਕੱਲੇ ਦੇਵਾਂਗੇ ਤੁਹਾਡੇ ਕਮੈਂਟਾਂ ਦੇ ਜਵਾਬ ਤੇ ਨਾਲ ਅਪਾਇੰਟਮੈਂਟਾਂ ਦੀ ਥੋੜੀ ਜੀ ਜਾਣਕਾਰੀ ਹਨ ਕਿਉਂਕਿ ਅਪਾਇੰਟਮੈਂਟਾਂ ਦਾ ਹੁਣ ਚੱਕਰ ਪੈ ਰਿਹਾ ਨਾ ਵੀਰਾਂ ਦੇ ਨੂਲੇ ਉੱਥੇ ਬਹੁਤ ਨਿਕਲ ਚੁੱਕੇ ਨੌ ਮਹੀਨੇ ਤਕਰੀਬਨ ਤਕਰੀਬਨ ਨਿਕਲ ਚੁੱਕੇ ਜਿਹਦੇ ਨਹੀਂ ਨਿਕਲੇ ਹੌਲੀ ਹੌਲੀ ਮਿਲ ਰਹੇ ਆ ਉਹਨੂੰ ਤੇ ਅੱਗੇ ਉਸ ਤੋਂ ਬਾਅਦ ਸਾਲ ਸਾਲ ਇਹ ਫੇਰ ਸ਼ੁਰੂ ਹੋਣੇ ਆ ਇਡਲੀ ਦੇ ਵੀ ਮੇਰੇ ਵੀ ਇੱਕ ਮੈਂ ਗੱਲ ਦੱਸਦਾ ਤੁਹਾਨੂੰ ਕੋਈ ਤੁਹਾਨੂੰ ਚੰਗੀ ਲੱਗੇ ਲੈ ਨਾਲ ਕੇ ਇਟਲੀ ਦੇ ਪੇਪਰ ਭਰਨ ਤੋਂ ਲੈ ਕੇ ਇਟਲੀ ਵਚ ਪੱਕੇ ਹੋਣਾ ਜਿੱਨਾਂ ਚ ਰਹਿਣਾ ਜਿੱਨਾਂ ਚ ਰੈਡ ਪਾਸਪੋਰਟ ਨਹੀਂ ਮਿਲਦਾ ਕਾਗਜ਼ੀ ਕਾਰਵਾਈ ਬੰਦੇ ਨੂੰ ਮਾਰ ਲੈਂਦੀ ਹੈ ਮੈਂ ਤੁਹਾਨੂੰ ਸਿੱਧੀ ਗੱਲ ਹਾਂ ਨਾ ਕਾਗਜ਼ੀ ਕਾਰਵਾਈ ਚ ਬੰਦਾ ਹੰਬ ਜਾਂਦਾ ਥੱਕ ਜਾਂਦਾ ਉਹਨਾਂ ਸੀ ਆ ਅਸੀਂ ਵੀ ਅਜੇ ਤੱਕ ਕਾਗਜ਼ੀ ਕਾਰਵਾਈਆਂ ਚ ਉਲਝੇ ਪਏ ਹਾਂ ਨਾ ਬਾ ਸਾਨੂੰ 15 15 12 12 ਸਾਲ ਹੋ ਗਏ ਆ ਤੇ ਇਹੀ ਹੈ ਇਟਲੀ ਦੇ ਕਰੀ ਪੇਪਰ ਭਰਤੇ ਪੇਪਰ ਪਰਤੇ ਚਲੋ ਉਸ ਵਾਰ ਨਿਕਲਦੇ ਆ ਪੇਪਰ ਹੀ ਨਿਕਲਦੇ ਕਈਆਂ ਦੇ ਤਿੰਨ ਤਿੰਨ ਸਾਲ ਫਿਰ ਜਦੋਂ ਨਿਕਲਦੇ ਆ ਫਿਰ ਅਪਾਇੰਟਮੈਂਟਾਂ ਨਹੀਂ ਮਿਲਦੀਆਂ ਗਈਆਂ ਫਿਰ ਕੋਈ ਕਾਜੀ ਕਾਰਵਾਈ ਤੇ ਕਈਆਂ ਦੇ ਵੀਜ਼ਾ ਨਹੀਂ ਲੱਗਦੇ ਵੀਜ਼ਾ ਲੱਗ ਗਿਆ ਆ ਕੇ ਆ ਗਏ ਇੱਥੇ ਕੋਈ ਕਟ ਨਹੀਂ ਜਮ੍ਹਾਂ ਕਰਾਉਂਦਾ ਕੋਈ ਮਾਲਕ ਭੱਜ ਗਿਆ ਮਰ ਗਿਆ ਮੁੱਕਰ ਗਿਆ ਉਸ ਵਾਰ ਕਟ ਜਮ੍ਹਾਂ ਹੋ ਗਈ ਫਿਰ ਫਿਰ ਨਿਊ ਫਿਰ ਕੰਮ ਨਹੀਂ ਮਿਲਦਾ ਛੇਦੀ ਕੰਮ ਆਸਤੇ ਵੀ سپورਟ ਚਾਹੀਦੀ ਹੈ ਫਿਰ ਕੰਮ ਮਿਲ ਗਿਆ ਫਿਰ ਇਹ ਨਵੇਂ ਨਵੇਂ ਪੇਪਰ ਨਿਊ ਕਰਾਉਣ ਵਾਸਤੇ ਬਸ ਬੰਦਾ ਮਤਲਬ ਉਲਝਿਆ ਹੀ ਰਹਿੰਦਾ ਯਾਰ ਠੀਕ ਹੈ ਕਮਾਈ ਜ਼ਰੂਰ ਕਰੀ ਜਾਂਦਾ ਪਰ ਮੈਂ ਹੁਣ ਦੱਸਿਆ ਵੀ ਵੀ ਮੇਰੇ ਵੀ ਇਟਲੀ ਦੇ ਵਿੱਚ ਜਿਹੜਾ ਇੱਕ ਵਾਰੀ ਆ ਗਿਆ ਬੰਦਾ ਜਿਹੜਾ ਕੰਮ ਕਰਨ ਵਾਲਾ ਬੰਦਾ ਕਦੇ ਇਹ ਨਹੀਂ ਜਿਹੜਾ ਕੰਮ ਕਰਨ ਵਾਲਾ ਉਹ ਇਹ ਨਾ ਕਹੂਗਾ ਬਈ ਮੈਨੂੰ ਇਟਲੀ ਨੇ ਕੋਹ ਨਹੀਂ ਦਿੱਤਾ ਅਸੀਂ ਇਦਾਂ ਨਹੀਂ ਕਹਿੰਦੇ ਜਿਹੜੇ ਕੰਮ ਕਰਨ ਵਾਲੇ ਬੰਦੇ ਆ ਕੋਈ ਨਹੀਂ ਕਹਿੰਦਾ ਠੀਕ ਹੈ ਸੰਘਰਸ਼ ਜ਼ਰੂਰ ਕਰਨਾ ਪੈਂਦਾ ਪਰ ਇੱਥੇ ਬੱਚਿਆਂ ਦੀ ਲਾਈਫ ਐਵਲੀ ਦੀ ਲਾਈਫ ਤੇ ਬੰਦੇ ਦੀ ਲਾਈਫ ਸੈੱਟ ਹੋ ਜਾਂਦੀ ਜਦੋਂ ਇੱਕ ਈ ਕਰੀ ਬੰਦਾ ਸੈੱਟ ਹੋ ਜਾਂਦਾ ਤੇ ਚੱਲਦੇ ਆ ਤੁਹਾਡੇ ਕਮੈਂਟਾਂ ਦੇ ਵੱਲ ਹਨਾ ਤੇ ਕਮੈਂਟਾਂ ਦੇ ਵਿੱਚ ਬਹੁਤ ਜਾਣਕਾਰੀ ਲੁਕੀ ਵੀ ਆ ਤੇ ਮੇਰੇ ਵੀਰ ਦਾ ਪਹਿਲਾ ਸਭ ਤੋਂ ਪਹਿਲਾ ਕਮੈਂਟ ਸੀਗਾ ਕਿਉਂਕਿ ਕਮੈਂਟ ਦੋਸਤੋ ਮੈਂ ਉੱਪਰ ਤੋਂ ਸ਼ੁਰੂ ਕਰ ਦਾਂਦਾ ਜਿਹੜਾ ਲਾਸਟ ਤੇ ਆਉਂਦਾ ਆਪਾਂ ਨੂੰ ਉਹ ਪਹਿਲਾਂ ਪੜ੍ਹਨ ਲੱਗਦਾ ਤੁਹਾਨੂੰ ਪਤਾ ਕੰਪਿਊਟਰ ਤੇ ਪਹਿਲਾਂ ਪੜ੍ਹਿਆ ਜਾਂਦਾ ਅੱਛਾ ਭਾਈ ਦਸੰਬਰ ਵਾਲੇ ਨਿਕਰੇ ਕੀ ਚੱਕਰਾਂ ਤੋ ਦੋਸਤੋ ਇਹਦੇ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ ਵੀ ਦਸੰਬਰ ਵਾਲੇ ਹਜੇ ਕਿਉਂ ਨਹੀਂ ਨਿਕਲੇ ਕਾਹ ਤੋਂ ਨਹੀਂ ਨਿਕਲੇ ਕੀ ਚੱਕਰ ਆ ਬਾਕੀ ਨਿਕਲ ਰਿਹਾ ਹੌਲੀ ਹੌਲੀ ਮੇਰੇ ਕੋਲੇ ਪਿਛਲਾ ਇੱਕ ਮੈਂ ਸ਼ੇਅਰ ਕੀਤਾ ਸੀ ਇਹਨੂੰ ਲਾਸਟ 27 ਮਾਰਚ ਵਾਲਾ 27 ਮਾਰਚ ਪਿਛਲੀ ਵਾਲਾ ਉਹ ਹੋਰ ਨਿਕਲਿਆ ਸਾਲ ਦਾ ਸੋ ਸਾਲ ਐ ਪੇਪਰਾਂ ਤੇ ਟਾਈਮ ਜ਼ਰੂਰ ਲੱਗਦਾ ਦਸੰਬਰ ਵਾਲੇ ਜੀ ਦੇ ਹਜੇ ਸਾਲ ਵਾਲੇ ਨਹੀਂ ਨਿਕਲੇ ਉਹ ਵੀ ਨਿਕਲ ਸਕਦੇ ਆ ਤੇ ਜੀ ਦੇ ਅਹ ਹਾਇਤ ਕੀ ਸਾਵਦੇ ਭਰੇ ਆ ਉਹਨਾਂ ਤੇ ਤੁਹਾਨੂੰ ਵੇਟ ਕਰਨੀ ਪੈਣੀ ਐ ਵੀਰ ਜੀ ਕਰ ਸਹਿਰਤਾ ਦੀ ਕੋਈ ਖਬਰ ਨਹੀਂ ਗਈ ਕੱਚੇ ਬੰਦੇ 2020 ਸੇ ਇਟਲੀ ਮੇ ਹੈ ਕੱਚੇ ਬੰਦੇ 2020 ਸੇ ਇਟਲੀ ਮੇ ਹੈ 9 ਮਾਂਥ ਵਾਲੇ ਪੇਪਰ ਪਰ ਇੰਡੀਆ ਜਾ ਕੇ ਰ ਵੀਜ਼ਾ ਲਗਵਾਉਣੇ ਮੇ ਕੋਈ ਪ੍ਰੋਬਲਮ ਤਾਂ ਨਹੀਂ ਹੋਗੀ ਅਛਾ ਪ੍ਰੋਬਲਮ ਤਾਂ ਯਹੀ ਹੋਗੀ ਅਗਰ ਆਪ ਇੰਡੀਆ ਜਾਓਗੇ ਤੇ ਇੰਡੀਆ ਜਾਣੇ ਕੇ ਜਦ ਤੇ ਸਮੇਂ ਆਪਕੀ ਸਟੈਂਪ ਲੱਗੇਗੀ ਜੋ ਇਮੀਗ੍ਰੇਸ਼ਨ ਕੀ ਇਧਰ ਸੇ ਆਊਟ ਹੋਣੇ ਕੀ ਸਟੈਂਪ ਉਹ ਪੰਗਾ ਪੜੇਗਾ ਇਸਕੇ ਲਈ ਆਪਕੋ ਸੋਲੂਸ਼ਨ ਮੈਂ ਇੱਕ ਵੀਡੀਓ ਮੈਂ ਪਹਿਲੇ ਹੀ ਬਤਾਇਆ ਹੈ ਉਹ ਕਰ ਲੈਣਾ ਕੋਈ ਪ੍ਰੋਬਲਮ ਨਹੀਂ ਆਏਗੀ ਭਾਜੀ ਵੀ ਸਾਨੂੰ ਹਮ ਸਟੇਟ ਬਾਰੇ ਦੱਸੋ ਪੀਯੂ ਸਟੇਟ ਹੁਣ ਇੰਨਾ ਦਾ ਮੇਰੇ ਦਿਮਾਗ 'ਚ ਨਹੀਂ ਰਹਿੰਦਾ ਵੀਰੋ ਵੀ ਹਣਾ ਪੀਯੂ ਸਟੇਟ ਕਿਹੜੇ ਸਟੇਟ ਦਾ ਕਿਹੜੇ ਕੋਡ ਵਾਲਾ ਮੈਂ ਵੀਡੀਓ ਬਣਾਇੰਗਾ ਉਹ ਸਾਰਿਆਂ ਤੁਸੀਂ ਵੇਖ ਲਿਓ ਵੀ ਕਿਹੜਾ ਸਟੇਟ ਹੈ ਵਿਜੈਂਸਰ ਦੀ ਕੋਈ ਅਪਡੇਟ ਨਹੀਂ ਹਜੇ ਸਾਲ ਦੇ ਪੇਪਰ ਕਦੋਂ ਨਿਕਲਣਗੇ ਸਾਲ ਮੈਂ ਦੱਸ ਹੀ ਦਿੱਤਾ Delhi ਦਾ ਤਾਂ ਤਕਰੀਬਨ ਵੀ 15 ਮਈ ਤੱਕ 15 ਮਈ ਤੋਂ ਬਾਅਦ ਨੂੰ ਲੈ ਉਸ ਤੇ ਨਿਕਲ ਲੰਘਣਗੇ ਪਰ ਸਾਲੇ ਪੇਪਰਾਂ ਦੀ ਇੱਕੇ ਦਮ ਠਾਠਾ ਨਹੀਂ ਹੋਣੀਗੀ ਮੈਂ ਇਹ ਦੱਸਣਾ ਤੁਹਾਨੂੰ ਕਿ ਜਿਵੇਂ 9 ਮਹੀਨੇ ਦੀ ਪੇਪਰਾਂ ਦੀ ਹੁੰਦੀ ਨੇ ਇੱਕੇ ਦਮ ਕੱਢ ਦਿੰਦੇ ਆ ਜਿਵੇਂ ਇਹਨਾਂ ਨੇ ਕਿਹਾ ਵੀ 20 ਦਿਨਾਂ ਦੇ ਵਿੱਚ ਜਾਂ 20ਵੇਂ ਦਿਨ ਆਟੋਮੈਟਿਕ ਨੂੰ ਲੈ ਉਸ ਤੇ ਅਪਲੋਡ ਹੋ ਜਾਂਦੇ ਆ ਸਾਲ ਵਾਲੇ ਉਹ ਸਿਸਟਮ ਨਹੀਂ ਹੁੰਦਾਗਾ ਸਾਲ ਵਾਲਿਆਂ ਦੀ ਇਨਕੁਆਰੀ ਹੁੰਦੀ ਆ ਸਾਰਾ ਕੁਝ ਹੁੰਦਾ ਹੌਲੀ ਹੌਲੀ ਨਿਕਲਦੇ ਆ ਉਹ ਮਸ਼ੀਨਾ 9:00 ਦੇ 9 ਮਿੰਟ ਚਾਂ ਸਕ ਕੋਈ ਨਹੀਂ ਕਹਿ ਸਕਦੇ ਵੀਰੇ ਇਸ ਤਰ੍ਹਾਂ ਦੇ ਕਮੈਂਟ ਨਾ ਕਰਿਓ ਕਰੋ ਹੁਣ ਇਹਦੇ ਬਾਰੇ ਕੋਈ ਨਹੀਂ ਦੱਸ ਸਕਦਾ ਹੁੰਦਾ ਅੱਛਾ ਮੋਦਰਾਂ ਤੋਂ ਕਿਸੇ ਦਾ ਨੂਲਾ ਹੁਸਨ ਨਹੀਂ ਨਿਕਲਿਆ ਆਪਣੇ ਕੋਲੇ ਨਹੀਂ ਆਇਆ ਮੋਦਰਾਂ ਤੋਂ ਠੀਕ ਆ ਅੱਗੇ ਇੱਕ ਮੇਰੇ ਵੀਰ ਦਾ ਕਮੈਂਟ ਆ ਕਹਿੰਦਾ ਵੀ ਅੰਡਰ 18 18 ਸਾਲ ਤੋਂ ਘੱਟ ਆ ਜਿਹੜੇ ਡੋਮੈਸਟਿਕ ਜਾਂ ਹੋਰ ਪੇਪਰਾਂ ਤੇ ਇਟਲੀ ਆ ਸਕਦੇ ਹੈ ਕਿ ਨਹੀਂ ਵੀਰ ਕਹਿੰਦਾ ਰਿਪਲਾਈ ਕਰਿਓ ਵੀ ਬਹੁਤ ਰਿਕਮੈਂਡ ਕੀਤਾ ਪਹਿਲਾਂ ਤਾਂ ਸੌਰੀ ਆ ਵੀ ਨਹੀਂ ਰਿਪਲਾਈ ਹੁੰਦਾਗਾ ਅੰਡਰ 18 ਕਿਸੇ ਵੀ ਪੇਪਰ ਉਤੇ ਇਟਲੀ ਨਹੀਂ ਆ ਸਕਦੇ ਫੈਮਿਲੀ ਬੇਸ ਤੇ ਜਰੂਰ ਆ ਸਕਦੇ ਆ ਫੈਮਿਲੀ ਬੇਸ ਤੇ ਜੇਕਰ ਅੰਡਰ 18 ਤੁਸੀਂ ਤੇ ਤੁਸੀਂ ਆ ਸਕਦੇ ਆ ਵਰਕ ਪਰਮਿਟ ਆ ਜਿਹੜੇ ਇਟਲੀ ਦੇ ਉਹਦੇ ਤੇ ਅੰਡਰ 18 ਕਿਸੇ ਵੀ ਬੇਸ ਤੇ ਨਹੀਂ ਆ ਸਕਦੇ 18 ਪਲੱਸ ਹੋਣਾ ਚਾਹੀਦਾ ਬੰਦਾ 18 ਪਲੱਸ ਨੂੰ ਕਹਿੰਦੇ ਆ ਵੀ ਜੋਵਣੇ ਜੋਵਣੇ ਹੋਣਾ ਚਾਹੀਦਾ ਬੰਦਾ ਓਹੋ ਬੰਦਾ ਪੇਪਰ ਜਿਹੜੇ ਅਪਲਾਈ ਕਰ ਸਕਦਾ 9 ਮਹੀਨਾ ਵਾਲੇ ਕਰ ਲੈ ਸਾਲ ਵਾਲੇ ਕਰ ਲੈ ਹਨਾ 6 ਸਾਲ ਤੋਂ ਪਲੱਸ ਹੋਣੀ ਚਾਹੀਦੀ ਹੈ ਉਮਰ ਆ ਰੋਮ ਦੀ ਕੋਈ ਅਪਡੇਟ ਨਹੀਂ ਹੈਗੀ 10 2 ਦਸੰਬਰ ਵਾਲੇ ਨਹੀਂ ਤੇ ਮੋਂਤੇ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਅਪਡੇਟ ਹੁੰਦੀ ਹੈ ਜਿਹੜੇ ਜ਼ਿਲ੍ਹੇ ਦੀ ਆਪਾਂ ਉਹ ਸ਼ੇਅਰ ਕਰ ਦਿੰਦੇ ਹੁੰਦੇ ਹਾਂ ਤੇ ਨੂੰਲਾ ਤੱਕ ਐਕਸਪਾਇਰ ਦਾ ਕੋਈ ਹੱਲ ਹੈਗਾ ਬਾਦ ਵਿੱਚ ਅਪਡੇਟ ਨਹੀਂ ਨਹੀਂ ਹੁੰਦਾ ਵੀਰੇ ਇੱਕ ਵਾਰੀ ਤੁਹਾਡਾ ਨੂ ਲਾ ਉਸਤ ਆ ਗਿਆ ਤੇ ਉਹ ਦਾ ਐਕਸਪਾਇਰ ਹੋ ਜੇ ਤਾਂ ਉਹਦਾ ਕੋਈ ਹੱਲ ਨਹੀਂ ਹੁੰਦਾ ਹਾਂ ਪਤਾ ਕੀ ਹੈ ਤੁਸੀਂ ਐਕਸਪਾਇਰ ਹੋਣ ਤੋਂ ਮਤਲਬ ਜੇ ਤੁਹਾਨੂੰ ਪਤਾ ਇਹ ਪਤਾ ਹੋਣਾ ਚਾਹੀਦਾ ਕਈ ਨੂ ਲੇ ਉਸਤਿਆਂ ਦੇ ਉੱਤੇ ਤਰੀਕ ਨਹੀਂ ਹੁੰਦੀ ਵੀ ਕਿਹੜੀ ਤਰੀਕ ਨੂੰ ਉਹ ਇਸ਼ੂ ਹੋਇਆ ਉਹ ਤੁਸੀਂ ਉਹਦੇ ਏਜੰਟ ਤੋਂ ਪੁੱਛ ਸਕਦੇ ਵੀ ਕਿਹੜੀ ਤਰੀਕ ਨੂੰ ਇਸ਼ੂ ਹੋਇਆ ਵੀ 6 ਮਹੀਨੇ ਕਿਦੋਂ ਪੂਰੇ ਹੁੰਦੇ ਆ ਜਦੋਂ 6 ਮਹੀਨੇ ਪੂਰੇ ਹੋਣ ਤੇ ਵਿੱਚ 10 12 14 ਦਿਨ ਰਹਿ ਗਏ ਤੁਸੀਂ ਅੰਬੈਸੀ ਦੇ ਵਿੱਚ ਡਾਇਰੈਕਟ ਜਾ ਸਕਦੇ ਆ ਡਾਇਰੈਕਟ ਜਾਓ ਵੀ ਸਾਨੂੰ ਅਪਾਇੰਟਮੈਂਟ ਨਹੀਂ ਮਿਲੀ ਇੰਨਾ ਚਿਰ ਹੋ ਗਿਆ ਨੁਲਾਸਤਾ ਨਿਕਲਦੇ ਨੂੰ ਵੀ ਸਾਡਾ ਏਜੰਟ ਨੇ ਚੱਕਰਾਂ 'ਚ ਪਾਏ ਜਾਂ ਕਿਵੇਂ ਵੀ ਆ ਤੁਹਾਡਾ ਨੁਲਾਸਤਾ ਜਿਹੜਾ ਜਮਾ ਹੋ ਜਾਊਗਾ ਸ਼ਰਤ ਇਹ ਹੈ ਵੀ 10 ਬਰ 15 ਦਿਨ ਤੋਂ ਵੱਧ ਨਹੀਂ ਹੋਣੇ ਰਹਿੰਦੇ ਹੋਣੇ ਚਾਹੀਦੇ ਠੀਕ ਹੈ ਤੇ ਅੱਜ ਤੱਕ ਮੈਂ ਸੁਣਿਆ ਤਾਂ ਹੈ ਨਹੀਂ ਵੀ ਕਿਸੇ ਦਾ ਨੁਲਾਸਤਾ ਐਕਸਪਾਇਰ ਹੋ ਗਿਆ ਨਹੀਂ ਸੁਣਿਆ ਹੁਣ ਹੋਰ ਵੀ ਬਹੁਤ ਕੁਸ ਸੌਂਦੇ ਆ ਅਪਾਇੰਟਮੈਂਟਾਂ ਬਾਰੇ ਜਿਹਨਾਂ ਨੂੰ ਨਹੀਂ ਮਿਲਦੇ ਕੋਈ ਕਹਿੰਦਾ ਮੇਰਾ ਵੀਰ ਕੋਈ ਬਈ ਕੋਈ 1 ਲੱਖ ਰੁਪਈਆ ਮੰਗਦਾ ਕੋਈ 2 ਲੱਖ ਮੰਗਦਾ ਬਈ ਜੀ ਦਾ ਐਕਸਪਾਇਰ ਹੋਣਾ ਉਹ ਜਮਾ ਕਰਾ ਦਿੰਦੇ ਆ ਪਰ ਇਹਦੇ ਬਾਰੇ ਆਪਾਂ ਨੂੰ ਕੋਈ ਨੌਲੇਜ ਨਹੀਂ ਠੀਕ ਆ ਇਹ ਤੁਸੀਂ ਆਪ ਦਾ ਵੇਖ ਕੇ ਚੱਲਣਾ ਐਵੇਂ ਨਾ ਲੁੱਟੇ ਨਾ ਜਾਇਓ ਪਹਿਲਾਂ ਹੀ ਤੁਹਾਨੂੰ ਪਤਾ ਵੀ ਪੈਸੇ ਬਹੁਤ ਲੱਗ ਜਾਂਦੇ ਆ ਇਟਲੀ ਦੇ ਪੇਪਰਾਂ ਤੇ ਉਸ ਤੋਂ ਬਾਅਦ ਅਪਾਇੰਟਮੈਂਟਾਂ ਦੇ ਤੇ ਕਰ ਤੁਹਾਨੂੰ ਕੋਈ ਲੁੱਟਦਾ ਜੇਕਰ ਤੁਹਾਡਾ ਇਹ ਨਿਕਲਿਆ ਨਵਾਂ ਨਿਕਲਿਆ ਤਾਜਾ ਹੀ ਆਇਆ ਫੇਰ ਤੁਸੀਂ ਮੇਰੇ ਵੀ ਵੇਟ ਕਰੋ अपॉइंटਮੈਂਟਾਂ ਖੁੱਲਣਗੀਆਂ ਆਹ ਚਾਹ ਅਪਾਇੰਟਮੈਂਟ ਬਾਰੇ ਥੋੜਾ ਜਿਹਾ ਜਾਂਦਾ ਜਾਂਦਾ ਦੱਸ ਦਿੰਨਾ अपॉइंटਮੈਂਟਾਂ ਦਾ ਸਲੋਟ ਜਿਹੜੇ ਓਪਨ ਹੋਣਗੇ ਹੁਣ ਹੋਣਗੇ ਜੂਨ ਜੂਨ ਦੀਆਂ ਮਿਲਣਗੀਆਂ ਹੋ ਸਕਦੀਆਂ ਖੁੱਲ ਸਕਦੇ ਆ ਅਗਲੇ ਹਫਤੇ ਪੁਆਇੰਟ ਪੈਂਡਾ ਖੁੱਲ ਸਕਦੀਆਂ ਅਗਲੇ ਹਫਤੇ ਤੇ ਪਰ ਮਿਲਣਗੀਆਂ ਜੂਨ ਜੁਲਾਈ ਮਹੀਨੇ ਦੀਆਂ ਜਾਂ ਅਗਸਤ ਦੀਆਂ ਜੂਨ ਜੁਲਾਈ ਅਗਸਤ ਦੀਆਂ ਮਿਲਣਗੀਆਂ ਠੀਕ ਹੈ ਤੇ ਇਹ ਮੇਰੇ ਵੀਰ ਖਾਸ ਖਿਆਲ ਰੱਖਿਆ ਕਰੋ ਜਿਹੜੇ ਪੜੇ ਲਿਖੇ ਆ ਉਹ ਤਾਂ ਤੁਸੀਂ ਬੈਠੇ ਰਿਹਾ ਕਰੋ ਨਾ ਜਿਹਨੂੰ ਅਪਾਇੰਟਮੈਂਟ ਚਾਹੀਦੀ ਹੈ ਆਪਣਾ ਆਈਡੀ ਖੋਲ ਕੇ VFS ਦੀ ਅਪਾਇੰਟਮੈਂਟ ਖੋਲ ਕੇ ਵੇਖੀ ਚੈੱਕ ਕਰ ਲਿਆ ਕਰੋ ਤੇ ਜਿਨ੍ਹਾਂ ਨੇ ਪੈਸੇ ਬਚਾਉਣੇ ਆ ਤੇ ਜਿਨ੍ਹਾਂ ਨੇ ਕਿਸੇ ਏਜੰਸੀ ਰਹੀਂ ਜਾਂ ਕਿਸੇ ਏਜੈਂਟ ਰਹੀਂ ਚੱਕਣੀ ਆ ਤੇ ਉਹ ਉਹਨਾਂ ਨੂੰ ਫਿਕਰ ਹੁੰਦਾ ਵੀ ਜਿਹਨੇ ਪੈਸੇ ਲੈਣੇ ਆ ਤਾਂ ਡੋਮੈਸਟਿਕ ਪੇਪਰ ਦਾ ਕਦੋਂ ਪਤਾ ਲੱਗਣਾ ਬਾਈ ਜੀ ਦੱਸਿਓ ਮੇਰੇ ਫਰੋਜ਼ ਸੂਈ ਨੂੰ ਸੇਟੀਟੋਂ 45 ਤੇ ਇਹ ਸ਼ੈਡ ਡੋਮੈਸਟਿਕ ਪੇਪਰ ਆ ਤੇ ਜਿਹੜੇ ਸਾਲ ਦੇ ਵੇਫਰ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਦੱਸਿਆ ਕੱਲਾ ਬੈਰਗਮੋਂ ਤੋਂ ਅ ਬੈਰਗਮੋਂ ਤੋਂ ਸਾਰੇ ਪੇਪਰ ਜਿਹੜੇ ਉੱਚ ਚੜੇ ਵੇ ਆ ਕੋਟੇ ਦੇ ਵਿੱਚ ਕਿਸੇ ਪਾਸਿਓਂ ਨਹੀਂ ਚੜੇਗੇ ਇਹ ਅਗਲੇ ਹਫ਼ਤੇ ਜਾਂ 15 ਮਈ ਤੱਕ ਚੜਨੇ ਆ ਮੈਂ ਤੁਹਾਨੂੰ ਪਹਿਲਾਂ ਦੱਸਣਾ 15 ਪਹਿਲਾਂ ਵੀ ਦੱਸਿਆ ਤੇ ਫੇਰ ਦੱਸਣਾ 15 ਮਈ ਤੱਕ ਤੁਹਾਨੂੰ ਇਹ ਡੋਮੈਸਟਿਕ ਪੇਪਰਾਂ ਦੀ ਤੇ ਸਾਰੇ ਪੇਪਰਾਂ ਦੀ ਹਜੇ ਵੇਟ ਕਰਨੀ ਪਈ ਹੈ ਵੀ ਤੁਹਾਡਾ ਕੋਟੇ ਦੇ ਵਿੱਚ ਆ ਗਿਆ ਕਿ ਨਹੀਂ ਉਸ ਤੋਂ ਬਾਅਦ ਪਤਾ ਲੱਗਣਾ ਅੱਛਾ ਦਮਾਂ ਦਾ ਕਿਵੇਂ ਚੈੱਕ ਕਰਤੇ ਹੈ ਇਸ ਪਰ ਵੀਡੀਓ ਬਣਾਓ ਉਹ ਬਣਾ ਦੇਗੇ ਭਾਈ ਜੀ ਟਾਈਮ ਨਹੀਂ ਲੱਗਦਾ ਵੀਡੀਓ ਬਣਾਏਗਾ ਵੀਡੀਓ ਬਹੁਤ ਬਣਾਉਣ ਵਾਲੀ ਹੈ ਕਿਉਂਕਿ ਮੇਰਾ ਆਪਣਾ ਕੰਮ ਐ ਐਸਾ ਹੈ ਹੈਨਾ ਆਪਕੋ ਮੈਂ ਦਿਖਾਤਾ ਰਹਤਾ ਹਾਂ ਫੇਸਬੁੱਕ 'ਤੇ ਅੱਛਾ ਵਾਹਿਗੁਰੂ ਜੀ ਕਾ ਕਰਪਾ ਕਰਨ ਸਾਰਿਆਂ ਤੇ ਭਾਈ ਜੀ ਏਜੰਟ ਰਿਸ਼ੂ ਤਣੀ ਦੇਣ ਡਿਆ ਕਹਿੰਦਾ ਆਪਾਂ ਪੈਕੇਜ ਕੀਤਾ ਨੂੰਲਾ ਵਸਤਾ ਨਹੀਂ ਦਿਖਣਾ ਹੋ ਸਕਦਾ ਬ੍ਰੇਕ ਕਿਵੇਂ ਪੈਕੇਜ ਕੀਤਾ ਕਿਵੇਂ ਕੀ ਗੱਲ ਤੁਸੀਂ ਕੀਤੀ ਆ ਕੀ ਨਹੀਂ ਹਨ ਜੇਕਰ ਤੁਹਾਡੇ ਪੇਪਰ ਭਰੇ ਆ ਤੇ ਨੂੰਲਾ ਜੀਵਤਾ ਮਿਲਣਾ ਚਾਹੀਦਾ ਹੁਣ ਕੀ ਪਤਾ ਕਿਹੜਾ ਪੈਕੇਜ ਕੀਤਾ ਆ ਬਜਾ ਕਿੱਡਾ ਕ ਪੈਕੇਜ ਲਈ ਬੈਠੇ ਆ ਵੇ ਜਿਹੜਾ ਰਸੀਦ ਹੀ ਨਹੀਂ ਵਿਖਾ ਰਿਹਾ ਵੀ ਸਿੱਧਾ ਕਹਿੰਦਾ ਨੂਲਾ ਹਸਤਾ ਵੀ ਨਹੀਂ ਵਿਖਾਉਣਾ ਪੈਕੇਜ ਹੀ ਕੀਤਾ ਵੇ ਸਿੱਧਾ ਇਟਲੀ ਦੀ ਟੈਗਟੀ ਵਿਖਾਉਣੀ ਹੈ ਤੁਸੀਂ ਵੀ ਆ ਵੀਰ ਨੰਬਰ ਸੈਂਡ ਕਰੋ ਆਪਣਾ ਵਟਸਐਪ ਲਓ ਕੋਈ ਗੱਲ ਕਰਨੀ ਹੈ ਵੀਰੇ ਮੈਨੂੰ ਨਾ ਇਹਦੇ ਤੇ ਫੇਸਬੁੱਕ ਤੇ ਮੈਸੇਂਜਰ ਤੇ ਮੈਸੇਜ ਕਰ ਦਿਆ ਕਰੋ ਪਰ ਉਹ ਵੀ ਮੈਂ ਸੌਰੀ ਮੰਗਦਾ ਮੈਸੇਂਜਰ ਤੇ ਵੀ ਨਹੀਂ ਜਵਾਬ ਦਿੱਤੇ ਜਾਂਦੇ WhatsApp ਨੰਬਰ ਤਾਂ ਮੈਂ ਸ਼ੇਅਰ ਕਰ ਨਹੀਂ ਸਕਦਾ ਨਾ ਕਿਉਂਕਿ WhatsApp ਨੰਬਰ ਮੇਰੇ ਗਰੁੱਪਾਂ ਐ ਵੀਰਾ ਕੋਲੇ ਹੈਗਾ ਪਰ ਸਾਰਾ ਦਿਨ ਟੂ ਟੂ ਚੀ ਚੀ ਕਰਦਾ ਹੀ ਰਹਿੰਦਾ ਰੰਗ ਟੂ ਨੰਬਰਾਂ ਤੇ ਘੁਾਈਦਿਆਂ ਹੀ ਰਹਿੰਦਿਆਂ ਹੋਰ ਤਾਂ ਦਿਨ ਤਾਂ ਦਿਨ ਰਾਤ ਨੂੰ ਵੀ ਮੇਰੇ ਲਈ ਟਾਈਮ ਨਹੀਂ ਵੰਦੇਗੇ ਜੇ ਮੈਂ ਵੈਸੇ ਹੀ ਨਿਤੰਬ ਸ਼ੇਅਰ ਕਰਤਾ ਫਿਰ ਤਾਂ ਬਸ ਹਾਲ ਹੀ ਮੇਰਾ ਕੀ ਹੋਣਾ ਤੁਸੀਂ ਆਪ ਹੀ ਸੋਚ ਲਓ ਤੇ ਵੀਰ ਜੀ ਮੇਰੇ ਪੇਪਰ ਐਕਸਪਾਇਰ ਹੋ ਜਾਂਦੇ ਤੇ ਅਪਡੇਟ ਨਹੀਂ ਹੋਣੇ ਠੀਕ ਆ ਐ ਐਕਸਪਾਇਰ ਕਰੀ ਵੀਪਰ ਹੋ ਗਏ ਅਪਡੇਟ ਨਹੀਂ ਹੁੰਦੇਗੇ ਨਵਾਂ ਨੂਲਾ ਉਸਤਾ ਨਵੀਂ ਨਵੇਂ ਨਵੇਂ ਪੇਪਰ 'ਤੇ ਫੇਰ ਦੁਬਾਰਾ ਉਹੀ ਪੰਗਾ ਕਰਾਉਣਾ ਪਊਗਾ ਸੋ ਦੋਸਤੋ ਮੇਰੇ ਵੀਰ ਜਿੰਨਾ ਨੂਲਾ ਉਸਤਾ ਆ ਗਿਆ ਪਤਾ ਵੀ ਨੂਲਾ ਉਸਤਾ ਆ ਗਿਆ ਹਨਾ ਤੁਸੀਂ ਲੇਟ ਨਾ ਕਰਿਆ ਕਰੋ ਕਿਉਂਕਿ ਮੈਂ ਹੁਣ ਵੇਖਿਆ ਨਾ ਹੁਣ ਮੇਰੇ ਵੀ ਨੂਲੇ ਉਸਤੇ ਆਏ ਆ ਉਹਨਾਂ ਜੋ ਕਈ ਬੰਦਿਆਂ ਨੂੰ ਮੈਂ ਕਹਿੰਨਾ ਭਈ ਨੂਲੇ ਉਸਤੇ ਚੱਕੋ ਆਪਦੇ ਨੂਲੇ ਉਸਤੇ ਚੱਕੋ ਕੋਈ ਕਹਿੰਦਾ ਭਾਈ ਦੱਸ ਦੇ ਰੁਕ ਜੋ ਕੋਈ ਕਹਿੰਦਾ ਪਾਈ ਦੇ ਰੁਕ ਜੋ ਕੋਈ ਕਹਿੰਦਾ ਕਿ ਮੈਂ ਫਲਾਣੇ ਨਾਲ ਬਿਜੀ ਆ ਮੈਂ ਫਲਾਣੇ ਨਾਲ ਬਿਜੀ ਆ ਇਹ ਯਾਰ ਇੱਕ ਕਰੀ ਆ ਗਿਆ ਉਹਨੂੰ ਚੱਕ ਲੋ ਕਿਵੇਂ ਨਾ ਕਿਵੇਂ ਨੂੰ ਲਾ ਉਸਤਾ ਚੱਕਿਆ ਤੇ ਹੱਥੇ ਚ ਕਰੂੰ ਇਹ ਨਾ ਹੋਵੇ ਤੁਹਾਡੀਆਂ ਗੱਲਾਂ ਚ ਕਿਉਂਕਿ ਇੱਥੇ ਮਾਲਕਾਂ ਨੂੰ ਵੀ ਡਰ ਹੁੰਦਾ ਉਹ ਉਹ ਵੀ ਡਰਦੇ ਹੁੰਦੇ ਆ ਸਹੀ ਹੈ ਤੇ ਡਰ ਮਾਲਕਾਂ ਨੂੰ ਹੁੰਦਾ ਸੋ ਜਿਹਦੇ ਨੂੰ ਲੈ ਉਸਤੇ ਨਿਕਲੇ ਆ ਜਿੰਨੀ ਛੇਤੀ ਹੋ ਸਕਦਾ ਉਹਦੇ ਜੈਂਟਲ ਨਾਲ ਜਿਹੜਾ ਟਾਈ ਐਪ ਕੀ ਗੱਲਬਾਰ ਕੀਤੀ ਹੁੰਦੀ ਹੈ ਕਰਕੇ ਪੂਰੀ ਤੇ ਨੂਲ ਉਸੇ ਚੱਕਰ ਦੀ ਕੋਸ਼ਿਸ਼ ਕਰੋ ਅਪਾਇੰਟਮੈਂਟ ਬਾਅਦ ਦੀ ਗੱਲ ਆ ਪਹਿਲਾਂ ਨੂਲਾ ਉਸ ਦਾ ਹੱਥ ਵਿੱਚ ਲੈ ਜਾਂਦੀ ਗੱਲ ਕਰਿਆ ਕਰੋ ਆ ਜਿਵੇਂ ਕਮੈਂਟ ਆਈ ਜਾਂਦੇ ਵੀ ਨੂਲਾ ਉਸ ਦਾ ਫੇਰ ਮੇਰੇ ਜਮ ਤੇ ਅਪਡੇਟ ਫੇਰ ਕੋਈ ਨਹੀਂ ਅਪਡੇਟ ਕਰਾਉਂਦਾ ਠੀਕ ਹੈ ਇਹ ਨਾ ਹੋਵੇ ਵੀ ਤੁਸੀਂ 6 ਮਹੀਨੇ 2 ਮਹੀਨੇ 4 ਮਹੀਨੇ ਨੂਲਾ ਉਸ ਦਾ ਚੱਕਨ ਚਰ ਕਰਦੇ ਹੋ ਉਸ ਤੋਂ ਬਾਅਦ ਤੁਹਾਡੇ ਕੋਲ ਜਦੋਂ ਪਹੁੰਚਦਾ ਤੇ ਫੇਰ ਟਾਈਮ ਘਟ ਰੇ ਫੇਰ ਅਪਾਇੰਟਮੈਂਟ ਨਾ ਮਿਲੇ ਤੇ ਜਿਹੜਾ ਮਾਲਕ ਨੇ ਤਾਂ ਆਪਦੀ ਪੇਮੈਂਟ ਲੈ ਕੇ ਪਾਸੇ ਹੋ ਜਾਣਾ ਠੀਕ ਆ ਉਹਨਾਂ ਕਿਹਾ ਮੈਂ ਉਦੋਂ ਦੇਖੂਗਾ ਜਦੋਂ ਬੰਦਾ ਆਊਗਾ ਸੋ ਇਦਾਂ ਦੀ ਗਲਤੀ ਨਾ ਕਰਿਆ ਕਰੋ ਪਤਾ ਵੀ ਇਹ ਸਾਰਿਆਂ ਨੂੰ ਪਤਾ ਵੀ ਸਾਰਿਆਂ ਦਾ ਇਹ ਖਰੇਕ ਦੇ ਕਰ ਚ ਪੇਮੈਂਟ ਨਹੀਂ ਹੁੰਦੀ ਪਈ ਤੁਹਾਨੂੰ ਵੀ ਪਤਾ ਪਰ ਉਸ ਹਣਾ ਡਿਪੋਜ਼ਿਟਮੈਂਟ ਆਉਦੀ ਕਰਨੀ ਪੈਂਦੀ ਹੈ ਤੁਹਾਨੂੰ ਪਤਾ ਜਦੋਂ ਪੇਪਰ ਨਿਕਲੇ ਹੋਏ ਹੈ ਕਿ ਸਸਤੀ ਕਾ ਪਾਜੀ ਮੈਂ ਡੌਂਕੀ ਲਾ ਕੇ ਇੱਟ ਲਿਆ ਗਿਆ ਸੀ ਜੇ ਮੇਰੇ ਫਿੰਗਰ ਹੋਈ ਸੀ ਆਸਟਰੀਆ ਦੇ ਵਿੱਚ ਹੁਣ ਪੇਪਰ ਭਰਾਏ ਨੇ ਪਾਜੀ ਕੋਈ ਪੇਪਰਾਂ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਜੇਕਰ ਤੁਹਾਡਾ ਕੋਈ ਕ੍ਰਿਮੀਨਲ ਕੇਸ ਹੈ ਨਹੀਂਗਾ ਤਾਂ ਕੋਈ ਦਿੱਕਤ ਨਹੀਂ ਉਹਦੀ ਜੇਕਰ ਕ੍ਰਿਮੀਨਲ ਕੇਸ ਹੈਗਾ ਫਿਰ ਦਿੱਕਤ ਆਉਗੀ ਅੱਛਾ ਅੱਛਾ ਪਰ ਕਿਸੇ ਮੁੰਡੇ ਦੇ ਇਟਲੀ ਦੇ ਪੇਪਰ ਨਿਕਲੇ ਸੀ ਉਸਨੇ ਪੇਪਰ ਨਹੀਂ ਲਏ ਹੁਣ ਉਹਨਾਂ ਦੇ ਪੇਪਰ ਤੇ ਨਾਮ ਬਦਲ ਕੇ ਦੂਜਾ ਮੁੰਡਾ ਇਟਲੀ ਜਾ ਸਕਦਾ ਦੱਸਿਓ ਨਹੀਂ ਕਿਸੇ ਵੀ ਹਾਲਤ 'ਚ ਜੇਕਰ ਤੁਹਾਨੂੰ ਕੋਈ ਏਜੰਟ ਕਹਿੰਦਾ ਕੋਈ ਵੀ ਕਹਿੰਦਾ ਬਈ ਬੰਦੇ ਦੇ ਪਾਣੇ ਦੇ ਵਿਪਰਾਏ ਹੋ ਜਾਂਦਾ ਨਹੀਂ ਤੂੰ ਚੱਲ ਜਾ ਤਾਂ ਕਿਉਂ ਚੜਾਉਂਦੇ ਆ ਕਿਸੇ ਦੀ ਗਲਤ ਤੇ ਵਿਸ਼ਵਾਸ ਨਾ ਕਰਿਓ ਕਿਉਂਕਿ ਜਿਹੜਾ ਰਿਕਾਰਡ ਚੜਿਆ ਨਾ ਉਹ ਉਸ ਬੰਦੇ ਦਾ ਚੜਿਆ ਜਿਹੜੇ ਪੇਪਰ ਆ ਠੀਕ ਆ ਨੂਨ ਲਿਓ ਤੇ ਨਾਮ ਜਰੂਰ ਬਦਲ ਦੂਗਾ ਐਡਿਟ ਕਰਕੇ ਬਦਲ ਦਿੰਦੇ ਆ ਸਭ ਕੁੱਕ ਕਰ ਦਿੰਦੇ ਆ ਪਰ ਜਦੋਂ ਵੀਜ਼ਾ ਲੱਗਣਾ ਤੇ ਜਦੋਂ ਇਟਲੀ ਆਉਣਾ ਤੇ ਤੁਹਾਨੂੰ ਇਥੋਂ 에어ਪੋਰਟ ਤੇ ਹੀ ਕਹਿਣਾ ਬਈ ਵਾਪਸ ਜਾ ਹਾਂ ਇਟਲੀ ਦੇ ਦਰਸ਼ਨ ਵੀ ਨਹੀਂ ਕਰਾਉਂ ਦਿੰਦੇ ਅੱਗੇ ਅਸੀਂ ਪਹਿਲਾਂ ਪੈਸੇ ਵੀ ਦਿੱਤੇ ਸੀ ਪ੍ਰਾਸਾ ਨੂੰ ਐਂਟਰ ਦਾ ਕਹਿੰਦੇ ਆ ਕੀ ਖਰਚਾ ਆਉਂਦਾ ਐਂਟਰੀ ਐਂਟਰੀ ਦਾ ਬਸ ਆ ਉਸੇ ਮੇਰੇ ਵੀਰ ਦਾ ਕਮੈਂਟ ਕੋਈ ਕਾਹਤੋਂ ਪੈਸੇ ਕਾਹਤੋਂ ਫਸਾ ਲੈਨੇ ਯਾਰ ਪਹਿਲਾਂ ਇੰਨੇ ਪੈਸੇ ਕਾਹਤੋਂ ਫਸਾ ਜਿੰਦੇ ਆ ਤੇ ਅੱਗੇ ਅੱਗੇ ਕਮੈਂਟ ਬਹੁਤ ਆ ਹਨਾ ਕਮੈਂਟ ਬਹੁਤ ਆ ਪਰ ਵੀਡੀਓ ਬਹੁਤ ਲੰਮੀ ਹੋ ਜਾਂਦੀ ਜੇ ਮੈਂ ਸਾਰੇ ਕਮੈਂਟਾਂ ਦੇ ਜਵਾਬ ਦੇ ਲੱਗ ਜਾਣਾ ਤੇ ਤਕਰੀਬਨ ਘੱਟੋ ਘੱਟ ਵੀਡੀਓ ਤਾਂ ਬਣ ਜਾਣੀ 3 2.5 ਤਨ ਘੰਟਿਆਂ ਦੀ ਤੇ ਆਪਾਂ ਹੋਰ ਅਪਡੇਟ ਵੀ ਨਵੀਂ ਸ਼ੇਅਰ ਕਰਨੀ ਹੁੰਦੀ ਜਿਹੜੀ ਅਪਡੇਟ ਫਿਲਹਾਲ ਅੱਜ ਕੋਈ ਅਪਡੇਟ ਅਜੇ ਤੱਕ ਨਹੀਂ ਇਹ ਹੀ ਸੀਗੀ ਵੀਡੀਓ ਅਜੇ ਦੀ ਤੇ ਇਹੀ ਜੀ ਗੱਲਬਾਤ ਮਿਲਦੇ ਆਂ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ ਸਾਰਿਆਂ ਰੱਬ ਰੱਖਾ